पानी हो गए डूंगे झोना लाने छड़ देना नी पानी हो गए डूंगे झोना लाने छड़ देना ਸਤਿਗੁਰ ਬਾਈ ਸਾਰਿਆਂ ਨੂੰ ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅੱਜ ਆਪਾਂ ਬਾਈ ਰਿਐਕਸ਼ਨ ਕਰਨ ਜਾ ਰਹੇ ਹਾਂ ਕਿਸੇ ਅਲੱਗ ਜਿਹੀ ਚੀਜ਼ 'ਤੇ, ਹੈ ਨਾ। ਮਤਲਬ ਆਪਾਂ ਆਮ ਜਿਹੜੇ ਨਵੇਂ ਗਾਣੇ ਚੱਲ ਰਹੇ ਉਹਨਾਂ 'ਤੇ ਤਾਂ ਮਤਲਬ ਆਪਾਂ ਕਰਦੇ ਹੀ ਰਹਿੰਦੇ ਹਾਂ ਰਿਐਕਸ਼ਨ, ਹੈ ਨਾ। ਅਤੇ ਆਪਾਂ ਅੱਜ ਪੁਰਾਣੇ ਗਾਣੇ 'ਤੇ ਕਰਨ ਜਾ ਰਹੇ ਹਾਂ, ਲੀੜੇ ਧੋਣ ਵਹਾਨੇ ਗਾਣਾ, ਹੈ ਨਾ, ਜਿਹੜਾ ਮੰਨ ਕੇ ਚਲੋ ਮਿਸ ਪੂਜਾ ਦਾ ਗਾਣਾ ਸੀ ਕਾਫੀ ਟਾਈਮ ਪਹਿਲਾਂ, ਬਹੁਤ ਜ਼ਿਆਦਾ ਸੁਣਿਆ ਲੋਕਾਂ ਨੇ ਬਾਈ ਇਹ ਗਾਣਾ। ਅਤੇ ਦੇਖਦੇ ਹਾਂ ਕਿ ਬਾਈ ਵੀ ਕੀ ਹੁੰਦਾ ਕੀ ਨਹੀਂ ਗਾਣੇ ਦੇ ਵਿੱਚ, ਕਿਉਂਕਿ ਮਤਲਬ ਮੈਂ ਇਹ ਦੇਖਣਾ ਚਾਹੁੰਦਾ ਸੀਗਾ ਵੀ ਜਿਉਂ ਆਪਾਂ ਮੰਨ ਕੇ ਚਲੋ ਇੰਨੇ ਟਾਈਮ ਬਾਅਦ ਇਹ ਗਾਣੇ ਨੂੰ ਸੁਣਾਂਗੇ, ਹੈ ਨਾ, ਤਾਂ ਆਪਾਂ ਨੂੰ ਕਿਹੋ ਜਿਹੀ ਫੀਲਿੰਗ ਆਉਂਦੀ ਆ। ਅਤੇ ਜਿਹੜੀਆਂ ਜੋ ਵੀ ਮੈਨੂੰ ਮਤਲਬ ਇਹ ਗਾਣੇ ਨੂੰ ਸੁਣ ਕੇ ਫੀਲ ਜਿਹਾ ਹੋਇਆ, ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਅਤੇ ਤੁਸੀਂ ਵੀ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਇਹ ਗਾਣਾ ਸੁਣ ਕੇ ਮਤਲਬ ਇੰਨੇ ਟਾਈਮ ਬਾਅਦ ਸੁਣ ਕੇ ਕਿਵੇਂ ਲੱਗਿਆ। ਅਤੇ ਸੋ ਕਰਦੇ ਹਾਂ ਬਾਈ ਬਿਨਾਂ ਟਾਈਮ ਖਰਾਬ ਕੀਤੇ, ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ। ਆ ਬਾਈ ਦਾ ਨਾਮ ਯਾਰ ਸ਼ਿੰਦਾ ਸ਼ੌਂਕੀ ਸੀ, ਹੈ ਨਾ, ਇੱਥੇ ਲਿਖਿਆ ਵਾ ਨਹੀਂ ਵੈਸੇ ਕੁਛ ਵੀ। ਹਾਂ ਸ਼ਿੰਦਾ ਸ਼ੌਂਕੀ, ਸ਼ਿੰਦੇ ਸ਼ੌਂਕੀ ਦਾ ਸੀਗਾ ਗਾਣਾ ਇਹ। ਉਹ ਤਾਂ ਕਿਉਂਕਿ ਮਿਸ ਪੂਜਾ ਦਾ ਕਹਿ ਕੇ ਚੱਲਦਾ ਹੁੰਦਾ ਜੀ ਗਾਣਾ, ਮਿਸ ਪੂਜਾ ਦਾ ਨਵਾਂ ਗਾਣਾ ਆ ਭਾਈ। ਆ ਯਾਰ ਮੁੰਡਾ ਦੇਖਿਆ ਨਹੀਂ, ਦੇਖਿਆ ਜਾ ਕਿਉਂ ਲੱਗਦਾ ਹੈ ਕੌਣ ਇਹ। ਸਟੈਪ ਦੇਖੋ ਯਾਰ, ਕੱਪੜੇ ਕੁੱਪੜੇ ਦੇਖੋ ਬਾਈ ਇਹਨਾਂ ਦੇ, ਕਿਸੇ ਹਿਸਾਬ ਦੇ। ਆਹ ਯਾਰ ਬਾਈ ਦੇਖਿਆ ਲਾ ਯਾਰ, ਸੁੱਖ ਸੰਘੇੜਾ ਨਹੀਂ ਇਹ। ਹਾਂ ਯਾਰ ਸੁੱਖ ਸੰਘੇੜਾ ਹੀ ਲੱਗ ਰਿਹਾ ਬਾਈ ਮੈਨੂੰ ਇਹ। ਹਾਂ 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 ਸੁੱਖ ਸੰਘੇੜਾ ਹੀ ਆ ਬਾਈ, ਅੱਛਾ ਮਾਡਲਿੰਗ ਵੀ ਕਰਦਾ ਰਿਹਾ ਬਾਈ ਪਹਿਲਾਂ, ਮੈਂ ਕਹਿੰਦੇ ਵੀਡੀਓ ਡਾਇਰੈਕਟਰ ਹੀ ਹੈਗਾ। ਓਕੇ ਓਕੇ, ਮਤਲਬ ਪਹਿਲਾਂ ਧਿਆਨ ਹੀ ਨਹੀਂ ਦਿੱਤਾ ਯਾਰ ਕਦੇ, ਅੱਜ ਪਤਾ ਲੱਗੀ ਇਹ ਚੀਜ਼। ਹੁਣ ਤਾਂ ਮੀਂਹ ਵੀ ਬੰਦ ਹੋ ਗਿਆ ਨੀ, ਹਾਏ ਲੱਗੇ ਝੋਨਾ ਲਾਉਣ ਤਾਂ ਮੀਂਹ ਵੀ ਬੰਦ ਹੋ ਗਿਆ ਨੀ, ਆਉਂਦੇ ਸਾਲ ਤੱਕ ਚੰਨੀਏ, ਆਉਂਦੇ ਸਾਲ ਤੱਕ ਚੰਨੀਏ ਸਾਰਾ ਜੂਰੀ ਵੱਟ ਦੇਣਾ, ਪਾਣੀ ਹੋ ਗਏ ਡੂੰਘੇ ਆਪਾਂ ਨਹਾਉਣਾ ਹੀ ਛੱਡ ਦੇਣਾ ਨੀ, ਨਾ ਲਾਉਣਾ ਹੀ ਛੱਡ ਦੇਣਾ ਨੀ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ। 12-13 ਸਾਲ ਹੋ ਗਏ ਇਹ ਗਾਣਾ ਆਏ ਨੂੰ, ਅਤੇ ਹਾਲੇ ਤੱਕ ਨਹੀਂ ਛੱਡਿਆ ਗਿਆ ਝੋਨਾ ਲਾਉਣਾ ਦਾ, ਨੜੇ ਉਦੋਂ ਬਹੁਤ ਜ਼ਿਆਦਾ ਡੂੰਘੇ ਹੋ ਗਏ ਹੁਣ ਤਾਂ ਪਾਣੀ। ਯਾਰ ਕਹਿਣ ਨੂੰ ਕੁਛ ਹੈਗਾ ਬਾਈ, ਮਿਸ ਪੂਜਾ ਨੇ ਵੀ ਨਾ 13 ਤਾਂ ਅੱਗ ਲਾਤੀ ਸੀ ਜਮਾ, ਮਤਲਬ ਘੱਟੋ ਘੱਟ 2000 ਗਾਣਾ ਗਾਇਆ ਹੈਗਾ ਇਹਨੇ, 2000 ਗਾਣਾ ਬਾਈ, ਮਾੜਾ ਮੋਟੀ ਗੱਲ ਨਹੀਂ ਹੈਗੀ। ਮਤਲਬ ਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਤਲਬ ਜੇ ਤੁਸੀਂ ਸਰਚ ਕਰੋਗੇ ਨਾ ਵੀ ਸਭ ਤੋਂ ਵੱਧ ਗਾਣੇ ਕਿਹਨੇ ਗਾਏ ਆ, ਉਹ ਮਿਸ ਪੂਜਾ ਨੇ ਗਾਏ ਹੈਗੇ। ਅਤੇ ਮਤਲਬ ਉਹ ਤਾਂ ਤੂੰ ਤੀ ਬੋਲਦੀ ਸੀ ਪੂਰੀ ਫੁੱਲ ਮਿਸ ਪੂਜਾ ਦੀ। ਕਿਹੇ ਕਿਹੇ ਜਿਹੇ ਕੱਪੜੇ ਪਾਏ ਹੋਏ ਸੀ, ਹੈ ਨਾ, ਇਹਨਾਂ ਦੇ ਮਤਲਬ ਆ ਦੂਜੀ ਯੈਲੋ ਪਾਈ ਫਿਰਦਾ, ਉਹ ਕੱਦੂ ਰੰਗੀ ਜੀ ਪਾਈ ਫਿਰਦੀ ਆ। ਲੰਬੇ ਲੰਬੇ ਲੱਗਦੇ ਆ ਬਿਜਲੀ ਦੇ ਕੱਟ ਗੁੜੇ, ਨਹਿਰ 'ਚ ਸੁੱਕਿਆ ਪਾਣੀ ਦੱਸ ਕਰੇ ਕੀ ਜੱਟ ਗੁੜੇ, ਨਹਿਰ 'ਚ ਸੁੱਕ
ਗਿਆ ਪਾਣੀ ਦੱਸ ਕਰੇ ਕੀ ਡੱਟ ਗੁੜੇ ਮਹਿੰਗੇ ਬਾਦਾ ਡੀਜ਼ਲ ਮਹਿੰਗੇ ਬਾਦੇ ਡੀਜ਼ਲ ਨੇ ਦੋ ਵਾਲਾ ਹੀ ਕੱਢ ਦੇਣਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਸਟੈਪ ਦੇਖੋ ਯਾਰ ਤੁਸੀਂ ਸਟੈਪ ਕਿੰਨੇ ਖਤਰਨਾਕ ਆ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਆਹ ਮਿਊਜ਼ਿਕ ਜਿਹਾ ਯਾਰ ਬਹੁਤ ਮਤਲਬ ਚੱਲਿਆ ਸੀ ਆ ਹੁਣ ਵੀ ਜੇ ਇਕੱਲਾ ਇਹ ਚਲਾ ਦਈਏ ਤਾਂ ਉਦੋਂ ਹੀ ਹਰੇਕ ਬੰਦੇ ਨੂੰ ਯਾਦ ਆ ਜੂਗਾ ਵੀ ਇਹ ਕਿਹੜੇ ਗਾਣੇ ਦੀ ਗੱਲ ਹੋ ਰਹੀ ਆ ਹੁਣ ਨੋਟਸ ਦੇ ਗਏ ਬੈਂਕ ਵਾਲੇ ਹੈ ਬਈ ਇਹ ਕਰਮਜੀਤ ਪੁਰੀ ਨੇ ਬਹੁਤ ਗਾਣੇ ਲਿਖੇ ਯਾਰ ਬਹੁਤ ਜ਼ਿਆਦਾ ਮੈਸ ਪੂਜਾ ਅਤੇ ਕਰਮਜੀਤ ਪੁਰੀ ਹੈ ਨਾ ਭਗਤਾ ਭਗਤਾ ਕਰਾਤੀ ਸੀਗੀ ਚੋਬਰ ਨੇ ਬਠਿੰਡਾ ਬਠਿੰਡਾ ਕਰਾਤੀ ਸੀਗੀ ਕਿਉਂਕਿ ਭਗਤਾ ਵੀ ਬਠਿੰਡੇ 'ਚ ਹੀ ਆਉਂਦਾ ਨਾ ਅਤੇ ਮਤਲਬ ਬਹੁਤ ਗਾਣਿਆਂ ਦੇ ਵਿੱਚ ਇੱਕ ਗਾਣਾ ਆਇਆ ਸੀਗਾ ਇਹਨਾਂ ਦਾ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਬਾਕੀ ਰਹਿ ਗਏ ਹਾਲ ਪੁੱਛਦੇ ਹੈ ਨਾ ਇੱਕ ਗਾਣਾ ਆਇਆ ਸੀਗਾ ਸ਼ਾਇਦ ਉਹ ਵੀ ਕਰਮਜੀਤ ਪੁਰੀ ਨੇ ਹੀ ਲਿਖਿਆ ਸੀਗਾ ਉਹ ਗਾਣਾ ਝੀਲਾਂ ਕੋਲ ਬਠਿੰਡੇ ਕੋਠੀ ਪਾਦੇ ਮਤਲਬ ਬਠਿੰਡੇ ਨੂੰ ਕਾਫੀ ਫੇਮਸ ਕਰਤਾ ਸੀਗਾ ਇਹਨਾਂ ਦੋਨਾਂ ਨੇ ਮੈਸ ਪੂਜਾ ਨੇ ਅਤੇ ਇਹਨੇ ਕਰਮਜੀਤ ਬਾਈ ਨੇ ਕਿਉਂਕਿ ਗਾਣਾ ਤਾਂ ਕਰਮਜੀਤ ਬਾਈ ਉਹ ਹੀ ਲਿਖਦਾ ਸੀ ਨਾ ਮੈਸ ਪੂਜਾ ਭਾਵੇਂ ਗਾਉਂਦੀ ਸੀ ਗਾਣੇ ਨੂੰ ਪਰ ਜਿਹੜਾ ਲਿਖਿਆ ਵਾ ਹੁੰਦਾ ਸੀ ਇਸ ਕਰਕੇ ਬਠਿੰਡਾ ਕਾਫੀ ਮਤਲਬ ਅੱਗੇ ਲਿਆਉਂਦਾ ਸੀ ਇਹਨਾਂ ਨੇ ਮੈਨੂੰ ਤਾਂ ਇਹਦੇ ਸਟੈਪ ਵਾਲੇ ਖਤਰਨਾਕ ਲੱਗੀ ਜਾਂਦੇ ਆ ਬਾਈ ਯਾਰ ਸੁੱਖ ਸੰਗੀਤ ਆਈ ਹੈ ਯਾਰ ਮੇਰੇ ਹਿਸਾਬ ਨਾਲ ਇਹ ਬੰਦਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਉਧਰ ਪੂਜਾ ਵੀ ਖਤਰਨਾਕ ਸਟੈਪ ਮਾਰ ਰਹੀ ਆ ਪੂਰੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਆਹ ਦੇਖੋ ਨਾਈਸ ਬਾਈ ਨਾਈਸ ਸੋ ਇਹ ਸੀਗਾ ਗਾਣਾ ਅਤੇ ਬਾਈ ਕੁੱਲ ਮਿਲਾ ਕੇ ਸਿਰਾ ਸੀਗਾ ਗਾਣਾ ਫੁੱਲ ਇੰਜੋਏ ਕੀਤਾ ਗਾਣੇ ਨੂੰ ਬਾਕੀ ਬਾਈ ਤੁਸੀਂ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਇਹ ਗਾਣਾ ਕੀ ਯਾਰ ਗਾਣਾ ਆ ਸੁਣ ਕੇ ਨਾ ਇੰਝ ਲੱਗ ਰਿਹਾ ਵੀ ਜਿਵੇਂ 10 ਸਾਲ ਪਿੱਛੇ ਚਲੇ ਗਏ ਹੁੰਦੇ ਆਪਾਂ ਅਤੇ ਮਤਲਬ ਉਦੋਂ ਵਾਲੀਆਂ ਸਾਰੀਆਂ ਯਾਦਾਂ ਹੀ ਤਾਜ਼ੀਆਂ ਹੋਣ ਲੱਗ ਗਈਆਂ ਹੈ ਨਾ ਵੀ ਕਿਵੇਂ ਹੁੰਦਾ ਜੀ ਕਿਵੇਂ ਨਹੀਂ ਹੈ ਨਾ ਸਿਸਟਮ ਘਰੇ ਡੈੱਕ ਹੁੰਦਾ ਸੀਗਾ ਹੈ ਨਾ ਸਪੀਕਰ ਜਿਹਾ ਲਾ ਕੇ ਉਹਦੇ 'ਤੇ ਤੌੜੇ 'ਚ ਰੱਖ ਲੈਂਦੇ ਹੁੰਦੇ ਸੀਗੇ ਵੂਫਰ ਨੂੰ ਉਹਦੇ 'ਚ ਮਤਲਬ ਬੇਸ ਨਿਕਲੂਗੀ ਖਤਰਨਾਕ ਹੈ ਨਾ ਅਤੇ ਟਰੈਕਟਰ ਟਰੂਟਰ 'ਤੇ ਲਾਉਣਾ ਅਤੇ ਘਰ ਪੀਪੀਆਂ ਵੱਢ ਵੱਢ ਕੇ ਉਹ 'ਚ ਸਪੀਕਰ ਫਿੱਟ ਕਰੀ ਜਾਂਦੀ ਸੀ ਜਨਤਾ ਮਤਲਬ ਬਹੁਤ ਘੈਂਟ ਟਾਈਮ ਸੀਗਾ ਯਾਰ ਉਹ ਬਹੁਤ ਵਧੀਆ ਟਾਈਮ ਸੀਗਾ ਅਤੇ ਸਵਾਦ ਆਉਂਦਾ ਹੁੰਦਾ ਸੀ ਫੁੱਲ ਉਦੋਂ ਅਤੇ ਹੁਣ ਮਤਲਬ ਹੁਣ ਚੀਜ਼ਾਂ ਤਾਂ ਉਦੋਂ ਬਹੁਤ ਵਧੀਆ ਆਈਆਂ ਆਪਣੇ ਕੋਲ ਹੈ ਨਾ ਪਰ ਜਿਹੜਾ ਉਹ ਸਕੂਨ ਸੀਗਾ ਅਤੇ ਜਿਹੜਾ ਉਹ ਸਵਾਦ ਸੀਗਾ ਹੈ ਨਾ ਵੀ ਉਹ ਨਹੀਂ ਹੈਗਾ ਹੁਣ ਅਤੇ ਕੁੱਲ ਮਿਲਾ ਕੇ ਬਾਈ ਘੈਂਟ ਸੀਗਾ ਗਾਣਾ ਤੁਸੀਂ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਗਾਣਾ ਬਾਕੀ ਐਂ ਵੀ ਜ਼ਰੂਰ ਦੱਸੋ ਜਿਹਨੂੰ ਪਤਾ ਗਾ ਵੀ ਸੁੱਖ ਸੰਘੇੜਾ ਬਾਈ ਉਹ ਸੀਗਾ ਜਿਹੜਾ ਬਾਈ ਇਹਦੇ ਵਿੱਚ ਮਾਡਲਿੰਗ ਕਰ ਰਿਹਾ ਸੀਗਾ ਅਤੇ ਜੇ ਕਰ ਰਿਹਾ ਹੈਗਾ ਜੇ ਸੁੱਖ ਸੰਘੇੜਾ ਹੀ ਸੀਗਾ ਤਾਂ ਬਾਈ ਮਤਲਬ ਬੰਦੇ ਨੇ ਬਹੁਤ ਮਿਹਨਤ ਕੀਤੀ ਹੈ ਇਹਨੇ ਵੀ ਸਟਰਗਲ ਬਹੁਤ ਜ਼ਿਆਦਾ ਕੀਤਾ ਗਾ ਮਤਲਬ ਕਿਹੜੇ ਟਾਈਮ ਦਾ ਮਤਲਬ ਬੰਦਾ ਪੰਗੇ ਲੈ ਰਿਹਾ ਇੰਡਸਟਰੀ ਦੇ ਵਿੱਚ ਹੈ ਨਾ ਅਤੇ ਹੁਣ ਜਾ ਕੇ ਕਿਤੇ ਪਛਾਣ ਮਿਲੀ ਆ ਬੰਦੇ ਨੂੰ ਅਤੇ ਆਪਾਂ ਇਹਦਾ ਸਟਰਗਲ ਨਹੀਂ ਦੇਖਦੇ ਬੰਦੇ ਦਾ ਹੈ ਨਾ ਮਤਲਬ ਕਿਸੇ ਟਾਈਮ 'ਤੇ ਆਪਾਂ ਇਹ ਬੰਦੇ ਨੂੰ ਨੋਟ ਵੀ ਨਹੀਂ ਕੀਤਾ ਸੀ ਹੈ ਨਾ ਵੀ ਇਹ ਬੰਦਾ ਮਤਲਬ ਗਾਣੇ ਦੇ ਵਿੱਚ ਆ ਰਿਹਾ ਹੈ ਨਾ
ਅਤੇ ਹੁਣ ਮਤਲਬ ਜੇ ਬੰਦੇ ਨੇ ਆਪਦੀ ਪਛਾਣ ਬਣਾਈ ਆ ਫਿਰ ਪਤਾ ਲੱਗਦਾ ਹੈਗਾ ਵੀ ਹਾਂ ਯਾਰ ਵੀ ਬਹੁਤ ਟਾਈਮ ਦਾ ਇੰਡਸਟਰੀ ਦੇ ਵਿੱਚ ਹੈਗਾ ਇਹ ਬੰਦਾ। ਅਤੇ ਬਾਕੀ ਕੁੱਲ ਮਿਲਾ ਕੇ ਘੈਂਟ ਸੀਗਾ ਗਾਣਾ ਬਾਈ, ਤੁਸੀਂ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ। ਅਤੇ ਬਾਕੀ ਯਾਰ ਐਂ ਵੀ ਜ਼ਰੂਰ ਦੱਸਿਓ ਵੀ ਆਪਾਂ ਇਹੋ ਜਿਹੇ ਪੁਰਾਣੇ ਗਾਣਿਆਂ 'ਤੇ ਹੋਰ ਕਿਹੜੇ ਕਿਹੜਿਆਂ 'ਤੇ ਰਿਐਕਸ਼ਨ ਕਰੀਏ, ਰਿਐਕਸ਼ਨ ਕਰਿਆ ਕਰੀਏ ਜਾਂ ਨਾ ਕਰਿਆ ਕਰੀਏ, ਹੈ ਨਾ ਇਹੋ ਜਿਹੇ ਗਾਣਿਆਂ 'ਤੇ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਬਸ ਇਹੀ ਸੀਗੀ ਆਪਣੀ ਅੱਜ ਦੀ ਵੀਡੀਓ ਬਾਈ। ਜੇ ਤੁਹਾਨੂੰ ਗਾਣਾ ਵਧੀਆ ਲੱਗਿਆ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਫਿਰ ਮਿਲਦੇ ਨਵੀਂ ਵੀਡੀਓ ਦੇ ਨਾਲ। ਥੈਂਕਸ ਫੋਰ ਵਾਚਿੰਗ ਗਾਈਜ਼। Sauce steadily.